सत श्री अकाल जी सारियां, उम्मीद है कि तुम सारे जने ठीक ठाक होवोगे। तो तुम कहना कि लेंटर का लोग पाया नहीं अजे तक, असल दे विच लेंटर थोड़ा जिहा डिले हो गया मीह आउण दे कारण, नहीं तो संडे नूं जिहड़ा लेंटर पै जाणा सी, है ना। धुप चुभदी आ, धुप चुभदी, मैं दस दी आ भी लेंटर साडा जिहड़ा आ उह दो तीन दिन जिहड़ा डिले कीता गया ਮੀਂਹ ਦੇ ਕਰਕੇ। ਮੀਂਹ ਕਰਕੇ ਮੀਂਹ ਪੈਣੀ ਬੜਾ ਡਿਆ ਤੇ ਇਸ ਕਰਕੇ ਲੈਂਟਰ ਵੀ ਨਹੀਂ ਪੈਣ ਡਿਆ। ਤੇ ਹੁਣ ਦੋ ਤਿੰਨ ਦਿਨ ਹੋ ਜਾਣੇ ਸੀ ਪਏ ਨੇ। ਹਾਂ, ਐਤਵਾਰ ਨੂੰ ਲੈਂਟਰ ਪੈ ਜਾਣਾ ਸੀ, ਐਤਵਾਰ ਨੂੰ ਫੁੱਲ ਤਿਆਰੀ ਸੀ, ਉੱਤੇ ਸਾਰਾ ਕੰਪਲੀਟ ਹੋਇਆ ਪਿਆ, ਜਾਲ ਵੱਜਾ ਪਿਆ, ਸੈਟਰਿੰਗ ਹੋਈ ਪਈ ਆ, ਵਾਇਰਿੰਗ ਦਾ ਵੀ ਕੰਮ ਹੋ ਗਿਆ ਸੀ। ਤੇ ਛੇਕ ਹੋਣ ਡੀ ਅਸਲ ਦੇ ਵਿੱਚ, ਬਾਕੀ ਥੋੜੀ ਬਹੁਤੀ ਜਿਹੜੀ ਆ ਉਹ ਥੱਲੇ ਡਏ ਆ, ਹੁਣ ਸਾਫ਼ ਸਫਾਈ ਕਰਨ, ਹੁਣ ਪੈਣਾ ਆ ਬੁੱਧਵਾਰ ਨੂੰ। बदल भी अज किन्ना बदल होया सी, सवेरे सवेरे बड़ा बदल होया सीगा, थोड़ा जिहा ਕੋਈ ਨਹੀਂ, ਹੁਣ ਇਹ ਬਾਬਾ ਜੀ ਦੇ ਹੱਥ ਵਾਸੀ ਆ, ਜੇ ਕੱਲ ਨੂੰ ਪਵਾਉਣਾ ਹੋਇਆ ਤਾਂ ਪਵਾ ਹੀ ਦੇਣਾ, ਜੇ ਕੱਲ ਨੂੰ ਰੋਕਣਾ ਹੋਇਆ ਤਾਂ ਰੋਕ ਹੀ ਦੇਣਾ, ਹੈ ਕਿ ਨਹੀਂ। ਤੇ ਕਰੀਏ ਫਿਰ ਸਾਫ਼ ਸਫਾਈ, ਚਲੋ। ਬਾਕੀ ਮੀਂਹ ਨੇ ਬਹੁਤ ਨੁਕਸਾਨ ਕੀਤਾ ਕਈਆਂ ਜਗ੍ਹਾ ਦੇ ਉੱਤੇ, ਵੀਡੀਓ ਵੇਖੀਆਂ ਥਾਂ ਥਾਂ ਦੀਆਂ, ਅਤੇ ਬਹੁਤ ਨੁਕਸਾਨ ਹੋਇਆ ਪਾਣੀ ਦੇ ਨਾਲ, ਪਰ ਚਲੋ ਇੱਥੇ ਬਚਾਅ ਆ ਥੋੜ੍ਹਾ ਜਿਹਾ, ਕਿਉਂਕਿ ਸਾਡਾ ਇਲਾਕਾ ਜਿਹੜਾ ਉੱਚਾ ਆ, ਅਤੇ ਬਾਕੀ ਜਿਹੜੇ ਜਿਹੜੇ ਨੀਵੇਂ ਇਲਾਕੇ ਆ ਉੱਥੇ ਤਾਂ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ। ਬਾਕੀ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਤਾਂ ਹੈ ਨਹੀਂ, ਹੈ ਨਾ। ਅੱਗ ਤੇ ਪਾਣੀ ਲੱਗੇ ਕਿਸੇ ਦਾ ਜ਼ੋਰ ਨਹੀਂ ਹੈਗਾ। ਚਲੋ ਫਿਰ ਕਰੀਏ ਸਾਫ਼ ਸਫਾਈ, ਤੇ ਕੱਲ ਨੂੰ ਲੈਂਟਰ ਜਿਹੜਾ ਬੁੱਧਵਾਰ ਨੂੰ ਫੁੱਲ ਤਿਆਰੀ ਆ। ਆਪਾਂ ਸਾਰੇ ਜਿਹੜੇ ਥੱਕ ਜਾਂਦੇ ਤੇ ਡੈਡੀ ਜੀ ਤੇ ਸਾਹਿਬ ਵੇਖਿਆ, ਡੈਡੀ ਜੀ ਕਿਹਨਾਂ ਕੋਲ ਨੂੰ ਬਿਠਾਉਂਦੇ ਆ। ਚਲੋ ਇੱਧਰ ਦਾਰਾ ਭਲਵਾਨ ਲੱਗਾ ਵਾ, ਇਹਨੇ ਸਾਫ਼ ਸਫਾਈ ਕਰ ਦਈ ਇੱਧਰ। ਚੱਲਣ ਡਿਆ ਕੰਮ ਜ਼ੋਰਾਂ ਤੇ, ਚੱਲਣ ਡਿਆ, ਚੱਲਣ ਡਿਆ ਭਲਾ, ਅਲਾਰਮ ਬੜੇ ਵਜਾਉਂਦਾ। ਚਲੋ ਮੈਂ ਵੀ ਲੱਗਦਾ ਨਾਲ, ਹੈ ਚਲੋ। ਡੈਡੀ ਜੀ ਰੈਸਟ 'ਤੇ ਆ, ਕਿਉਂਕਿ ਡੈਡੀ ਦੀ ਕਮਰ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆ, ਅਤੇ ਝੁਕਿਆ ਨਹੀਂ ਜਾਂਦਾ ਡੈਡੀ ਜੀ ਕੋਲੋਂ, ਇਸ ਕਰਕੇ ਡੈਡੀ ਜੀ ਨੂੰ ਰੈਸਟ ਦਿੱਤੀ ਆ, ਅਤੇ ਦਿੱਤਾ ਹੈ ਸਿਰਫ ਸਾਹਿਬ ਨੂੰ ਖੜਾਓ ਤੁਸੀਂ, ਹੈ ਨਾ ਸਾਹਿਬ, ਅੰਨਾ ਹੈ ਨਾ ਡੈਡੀ ਜੀ। ਡੈਡੀ ਕੋ ਕਾਬੂ ਵੀ ਨਹੀਂ ਨਾ ਹੁੰਦਾ, ਕਿਉਂਕਿ ਡੈਡੀ ਬੈਠੇ ਹੁੰਦੇ ਆ, ਉਹਨੂੰ ਹੁੰਦਾ ਜਿਹੜਾ ਪੂਰੇ ਪਿੰਡ ਉਹ ਮੈਨੂੰ ਜਾਣਾ ਚੁੱਕਣ। ਸਹੀ ਗੱਲ, ਸਭ ਕਲੀਆਂ ਕੁਲੀਆਂ ਹੋ ਗਈਆਂ ਸਾਡੇ ਵਿਆਹ ਦੀ ਫੁੱਲ ਤਿਆਰੀ। ਬੜੇ ਕਮੈਂਟ ਆਏ ਸੀਗੇ, ਹੈ ਨਾ, ਐਰਕਾ ਵੀ ਸਾਡੇ ਸਟਰਿੰਗਾਂ ਸੁਟਰਿੰਗਾਂ ਹੋ ਗਈਆਂ, ਫੁੱਲ ਤਿਆਰੀ ਸੀ ਤੇ ਮੀਂਹ ਨੇ ਵਿੱਚ ਖਿਲਾਰ ਪਾਤਾ ਵਾ। ਬਾਕੀ ਚਲੋ ਕੋਈ ਗੱਲ ਨਹੀਂ, ਮੈਂ ਇੱਥੇ ਵਿਖਾਉਂਦੀ ਹਾਂ, ਵੇਖੋ ਨਾ ਸਾਰਾ ਹੀ ਕੰਮ ਹੋਇਆ ਪਿਆ ਇੱਧਰ। ਪਰ ਹੁਣ ਇੱਥੇ ਸਫਾਈ ਕਰਨ ਵਾਲੀ, ਅਸੀਂ ਇੱਕ ਦਿਨ ਦੇ ਵਿੱਚ ਕਰ ਦੇਣੀ ਸਫਾਈ ਜਿੰਨੀ ਕੁ ਹੋ ਸਕੀ, ਹੈ ਨਾ, ਸਹੀ ਹੈ ਨਾ। ਮੈਂ ਕਿਹਾ ਅਸੀਂ ਕਰ ਦੇਣੀ ਜਿੰਨੀ ਕੁ ਸਫਾਈ ਹੋ ਸਕੀ। ਹਾਂ ਭਾਅ ਜੀ ਨੇ ਕਿੰਨਾ ਸੋਹਣਾ ਸਾਫ਼ ਸਫਾਈ ਕਰਤੀ ਉੱਧਰ। ਆਹ ਸੌਖਾ ਤਰੀਕਾ ਹੀ ਤੇਰਾ, ਕਈ ਦੇ ਨਾਲ ਤੂੰ ਗੁਰੂ ਕੇ ਲਈ ਜਾਓ। ਆਹ ਕੁਛ ਵਗੜਾ ਬਹੁਤ ਜ਼ਿਆਦਾ ਬਰੀਕੀ ਕਰਨ ਦੀ ਲੋੜ ਆ, ਅਜੇ ਫਿਰ ਵੀ ਪੁੱਟ ਪਟਾਈ ਬਥੇਰੀ ਹੋਣੀ ਆ।
ਉਹਦੇ ਤੇ ਆ ਸਿਮਟ ਵੀ ਇੱਥੇ ਚੁੱਕਿਆ ਜਾਂਦਾ ਨਾ ਆ ਤਰਪਾਲ ਸੂਪੂ ਤੇ ਬੜਾ ਵਧੀਆ ਲੱਗਣਾ ਸੀ ਹਨਾ ਲੈ ਲੋ ਵਿੱਕੀ ਜੇ ਤੁਹਾਡਾ ਭਰਾ ਡਿਆ ਸੀ ਨਾ ਨਾਲ ਨਾਲ ਹੁਣ ਮੇਰਾ ਭਰਾ ਵੀ ਨਾਲ ਹੀ ਡਿਆ ਜੇ ਆਹੋ ਤੁਸੀਂ ਇਹ ਨਾ ਆਖਿਓ ਕਿ ਮੇਰਾ ਭਰਾ ਇਕੱਲਾ ਕੰਮ ਕਰਨ ਡਿਆ ਨਾਲੇ ਇੱਕ ਕੰਮ ਕਰਾਉਂਦੇ ਨੇ ਉੱਤੋਂ ਇਕੱਲਾ सारे जाने काम कर दे डैडी जी इस टाइम ते मैं मालिक बनिया पिया वा हैना ठेकेदार बंदा सोहना सब तो ज्यादा उदो लगता जो काम कर ਲੈ ਜਣੀ ਉਧਰ ਵਿਕੀ ਤਾਰ ਤਾਂ ਰੱਖ ਲੈਣੀ ਸੀ ਕੱਲੇ ਲੈ ਜਾਓਗੇ ਹਾਈ ਦੀ ਦੂਰ ਤੱਕ ਧਿਆਨ ਨਾਲ ਤਾਰ ਅੜ ਗਈ ਵਿਕੀ ਧਿਆਨ ਨਾਲ ਇਦਾਂ ਲਾਈਟਾਂ ਇਦਾਂ ਲੱਗ ਜਾਣ ਸਾਰੇ ਦੇ ਇਧਰ ਵਧੀਆ ਹੋ ਜਾਏ ਇਦਾਂ ਜੇ ਲੱਗ ਗਿਆ ਨਾ ਉਹਦਾ ਇਧਰ ਵੇਸਟ ਪਈਆਂ ਉਹ ਲੱਗ ਜਣੀ ਚਾਹੀ ਪਰ ਇਹਨਾਂ ਨੇ ਬਾਅਦ ਚ ਵਿਕੀ ਫੇਰ ਫੁੱਟ ਪਟਾਈ ਕਰਨੀ ਆ ਬੈਰਿੰਗ ਲਈ ਪੈਪ ਵਾਲੀ ਹਨਾ ਐਵੇਂ ਖੇਚਲ ਕਰ ਲਵਾਂਗੇ ਛੁੱਟ ਗਈ ਪਰੇ ਟੋਕਰੀ ਦਾ बलजीत कोई पुछ ना बेड कर